ਰੇਲ ਗੱਡੀ ਦੇ ਨਾਲ ਤੇਜ਼ ਰਫ਼ਤਾਰ ਟਰੱਕ ਦੀ ਟੱਕਰ ਹੋਈ ਜਿਸ ਤੋਂ ਬਾਅਦ ਕੀ ਹਾਲਾਤ ਬਣੇ ਨੇ ਉਹ ਤੁਹਾਡੀ ਸਕਰੀਨ ਤੇ ਨਜ਼ਰ ਆ ਰਿਹਾ ਦੱਸ ਦਿਆਂ ਕਿ ਫਰੰਟੀਅਰ ਮੇਲ ਗੱਡੀ ਦੇ ਨਾਲ ਤੇਜ਼ ਰਫ਼ਤਾਰ ਟਰੱਕ ਦੀ ਟੱਕਰ ਹੋਈ ਡਰਾਈਵਰ ਟਰੱਕ ਛੱਡ ਕੇ ਫਰਾਰ ਹੋ ਗਿਆ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਟਰੱਕ ਗਲਤ ਸਾਈਡ ਤੋਂ ਆ ਰਿਹਾ ਸੀ ਜਿਸ ਕਾਰਨ ਇਹ ਹਾਦਸਾ ਹੋਇਆ ਗਨੀਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ ਪਰ ਟਰੱਕ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਲੁਧਿਆਣਾ ਦੇ ਸ਼ੇਰਪੁਰ ਚੌਂਕ ਦੇ ਨੇੜੇ ਇਹ ਵੱਡਾ ਹਾਦਸਾ ਹੋ ਗਿਆ ਗਨੀਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ ਰੇਲ ਗੱਡੀ ਜਾ ਰਹੀ ਸੀ ਤਾਂ ਇਹਨੇ ਨੂੰ ਰੋਂਗ ਸਾਈਡ ਤੋਂ ਆ ਰਿਹਾ ਟਰੱਕ ਰੇਲ ਗੱਡੀ ਦੇ ਵਿੱਚ ਵੱਜਿਆ ਜਿਸ ਤੋਂ ਬਾਅਦ ਟਰੱਕ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਪਤਾ ਲੱਗਣ ਤੇ ਪੁਲਿਸ ਦੇ ਅਧਿਕਾਰੀ ਮੌਕੇ ਤੇ ਪਹੁੰਚੇ ਜਿਨ੍ਹਾਂ ਨੇ ਇਸ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕੀਤੀ ਹੁਣ ਪਤਾ ਕੀਤਾ ਜਾਵੇਗਾ ਕਿ ਆਖਿਰਕਾਰ ਇਸ ਟਰੱਕ ਦਾ ਮਾਲਕ ਕੌਣ ਹੈ ਔਰ ਕਿਸ ਡਰਾਈਵਰ ਦੇ ਵੱਲੋਂ ਇਹ ਟਰੱਕ ਚਲਾਇਆ ਜਾ ਰਿਹਾ ਸੀ ਇਸ ਭਿਆਨਕ ਹਾਦਸੇ ਤੋਂ ਬਾਅਦ ਟਰੱਕ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਲੁਧਿਆਣਾ ਦੇ ਸ਼ੇਰਪੁਰ ਚੌਂਕ ਦੇ ਨੇੜੇ ਇਹ ਵੱਡਾ ਹਾਦਸਾ ਹੋਣੋਂ ਟਲ ਗਿਆ ਗਣੀਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ ਟਰੱਕ ਗਲਤ ਸਾਈਡ ਤੋਂ ਆ ਰਿਹਾ ਸੀ ਜਿਸ ਕਾਰਨ ਰੇਲ ਗੱਡੀ ਦੇ ਵਿੱਚ ਸਿੱਧਾ ਆ ਕੇ ਵੱਜਿਆ ਟਰੱਕ ਨੇ ਜਿਹੜਾ ਇਹ ਰੋਂਗ ਸਾਈਡ ਤੋਂ ਆ ਰਿਹਾ ਸੀਗਾ ਇਹ ਫਰੰਟੀਅਰ ਮੇਲ ਗੱਡੀ ਨੇ ਟਕਰਾ ਗਿਆ ਜਿਹਦੇ ਨਾਲ ਬਾਕੀ ਬਚਾਅ ਹੋ ਗਿਆ ਬਹੁਤ ਵੱਡਾ ਹਾਦਸਾ ਵਾਪਰ ਜਾਣਾ ਸੀ ਨਹੀਂ ਤਾਂ ਇਹ ਰੋਂਗ ਸਾਈਡ ਤੋਂ ਹੀ ਆ ਰਿਹਾ ਸੀ ਟਰੱਕ ਰੇਲ ਗੱਡੀ ਦੇ ਨਾਲ ਤੇਜ਼ ਰਫ਼ਤਾਰ ਟਰੱਕ ਦੀ ਟੱਕਰ ਹੋਈ ਜਿਸ ਤੋਂ ਬਾਅਦ ਕੀ ਹਾਲਾਤ ਬਣੇ ਨੇ ਉਹ ਤੁਹਾਡੀ ਸਕਰੀਨ ਤੇ ਨਜ਼ਰ ਆ ਰਿਹਾ ਦੱਸ ਦਿਆਂ ਕਿ ਫਰੰਟੀਅਰ ਮੇਲ ਗੱਡੀ ਦੇ ਨਾਲ ਤੇਜ਼ ਰਫ਼ਤਾਰ ਟਰੱਕ ਦੀ ਟੱਕਰ ਹੋਈ ਡਰਾਈਵਰ ਟਰੱਕ ਛੱਡ ਕੇ ਫਰਾਰ ਹੋ ਗਿਆ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਟਰੱਕ ਗਲਤ ਸਾਈਡ ਤੋਂ ਆ ਰਿਹਾ ਸੀ ਜਿਸ ਕਾਰਨ ਇਹ ਹਾਦਸਾ ਹੋਇਆ ਗਨੀਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ ਪਰ ਟਰੱਕ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਲੁਧਿਆਣਾ ਦੇ ਸ਼ੇਰਪੁਰ ਚੌਂਕ ਦੇ ਨੇੜੇ ਇਹ ਵੱਡਾ ਹਾਦਸਾ ਹੋ ਗਿਆ ਗਣੀਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ ਰੇਲ ਗੱਡੀ ਜਾ ਰਹੀ ਸੀ ਤਾਂ ਇਹਨੇ ਨੂੰ ਰੋਂਗ ਸਾਈਡ ਤੋਂ ਆ ਰਿਹਾ ਟਰੱਕ ਰੇਲ ਗੱਡੀ ਦੇ ਵਿੱਚ ਵੱਜਿਆ ਜਿਸ ਤੋਂ ਬਾਅਦ ਟਰੱਕ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਪਤਾ ਲੱਗਣ ਤੇ ਪੁਲਿਸ ਦੇ ਅਧਿਕਾਰੀ ਮੌਕੇ ਤੇ ਪਹੁੰਚੇ ਜਿਨ੍ਹਾਂ ਨੇ ਇਸ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕੀਤੀ ਹੁਣ ਪਤਾ ਕੀਤਾ ਜਾਵੇਗਾ ਕਿ ਆਖਿਰਕਾਰ ਇਸ ਟਰੱਕ ਦਾ ਮਾਲਕ ਕੌਣ ਹੈ ਔਰ ਕਿਸ ਡਰਾਈਵਰ ਦੇ ਵੱਲੋਂ ਇਹ ਟਰੱਕ ਚਲਾਇਆ ਜਾ ਰਿਹਾ ਸੀ ਇਸ ਭਿਆਨਕ ਹਾਦਸੇ ਤੋਂ ਬਾਅਦ ਟਰੱਕ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਲੁਧਿਆਣਾ ਦੇ ਸ਼ੇਰਪੁਰ ਚੌਂਕ ਦੇ ਨੇੜੇ ਇਹ ਵੱਡਾ ਹਾਦਸਾ ਹੋਣੋਂ ਟਲ ਗਿਆ ਗਣੀਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ ਟਰੱਕ ਗਲਤ ਸਾਈਡ ਤੋਂ ਆ ਰਿਹਾ ਸੀ ਜਿਸ ਕਾਰਨ ਰੇਲ ਗੱਡੀ ਦੇ ਵਿੱਚ ਸਿੱਧਾ ਆ ਕੇ ਵੱਜਿਆ ਟਰੱਕ ਨੇ ਜਿਹੜਾ ਇਹ ਰੋਂਗ ਸਾਈਡ ਤੋਂ ਆ ਰਿਹਾ ਸੀਗਾ ਇਹ ਫਰੰਟੀਅਰ ਮੇਲ ਗੱਡੀ ਨੇ ਟਕਰਾ ਗਿਆ ਜਿਹਦੇ ਨਾਲ ਬਾਕੀ ਬਚਾਅ ਹੋ ਗਿਆ ਬਹੁਤ ਵੱਡਾ ਹਾਦਸਾ ਵਾਪਰ ਜਾਣਾ ਸੀ ਨਹੀਂ ਤਾਂ ਇਹ ਰੋਂਗ ਸਾਈਡ ਤੋਂ ਹੀ ਆ ਰਿਹਾ ਸੀ ਟਰੱਕ ਟਰੱਕ ਛੱਡ ਕੇ ਭੱਜ ਗਿਆ ਜਾਂ ਤੁਸੀਂ ਟਰੱਕ ਛੱਡ ਕੇ ਤਾਂ ਭੱਜ ਹੀ ਗਿਆ ਉੱਥੋਂ ਸਰ ਜਗ੍ਹਾ ਕਿਹੜੀ ਹੈ ਐਗਜ਼ੈਕਟ ਜਗ੍ਹਾ ਸਰ ਕਿਹੜੀ ਐਗਜ਼ੈਕਟ ਬੇਟਾ ਇਹ ਜਗ੍ਹਾ ਹੈਗੀ ਹੈ ਸ਼ੇਰਪੁਰ ਚੌਂਕੀ ਦੇ ਬੈਕ ਸਾਈਡ 'ਤੇ ਪਈ ਸਰ ਟਰੇਨ ਕਿਹੜੀ ਆ ਟਕ